ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਦਾ ਕਾਲਜ ਟੀਵੀ। ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਵਿਚਾਰ 'ਤੇ। ਮਿਹਨਤ ਥਕਾਉਂਦੀ ਜ਼ਰੂਰ ਹੈ, ਪਰ ਇਹ ਸਾਨੂੰ ਬਿਹਤਰ ਬਣਾ ਦਿੰਦੀ ਹੈ, ਇਸ ਕਰਕੇ ਕਦੇ ਵੀ ਮਿਹਨਤ ਕਰਨ ਤੋਂ ਨਾ ਘਬਰਾਓ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ 'ਤੇ। ਮੌਸਮ ਵਿਭਾਗ ਫਿਰ ਗਲਤ ਹੋਇਆ ਸਾਬਤ, ਕੱਲ੍ਹ ਨਹੀਂ ਸੀ ਮੀਂਹ ਦੀ ਚੇਤਾਵਨੀ, ਫਿਰ ਵੀ ਕਈ ਥਾਈਂ ਹੋਈ ਬਾਰਿਸ਼, ਅੱਜ ਕਿਵੇਂ ਦਾ ਰਹੇਗਾ ਮੌਸਮ, ਦੂਜੇ ਬੁਲੇਟਿਨ ਵਿੱਚ ਦੇਵਾਂਗੇ ਜਾਣਕਾਰੀ। ਪੰਜਾਬ ਵਿੱਚ ਪੈਂਡਿੰਗ ਹੋਏ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਸੰਭਾਲੀ ਕਮਾਣ, 28 ਅਗਸਤ ਨੂੰ ਅਧਿਕਾਰੀਆਂ ਨਾਲ ਕਰ ਸਕਦੇ ਹਨ ਮੀਟਿੰਗ। ਕੋਲਕਾਤਾ ਘਟਨਾ ਨੂੰ ਲੈ ਕੇ ਡਾਕਟਰਾਂ ਪੰਜਾਬ 'ਚ ਹੜਤਾਲ ਕੀਤੀ ਖਤਮ, ਸਾਰੀਆਂ ਸੇਵਾਵਾਂ ਕੀਤੀਆਂ ਬਹਾਲ, ਪਰ ਰੂਸ ਵਜੋਂ ਕਾਲੀਆਂ ਪੱਟੀਆਂ ਬੰਨ ਕੇ ਕਰਨਗੇ ਕੰਮ। ਕਤਰ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਕੀਤਾ ਵਾਪਸ, ਦੂਜਾ ਜਲਦ ਵਾਪਸ ਕਰਨ ਦਾ ਦਿੱਤਾ ਭਰੋਸਾ, ਵਿਦੇਸ਼ ਮੰਤਰਾਲੇ ਦੇ ਦਖਲ ਤੋਂ ਬਾਅਦ ਵਾਪਸੀ ਹੋਈ ਸੰਭਵ। ਦਲਜੀਤ ਕਲਸੀ ਨੇ ਹਾਈਕੋਰਟ 'ਚ ਪਹੁੰਚ ਕਰ ਵਧਾਏ NSA ਦਾ ਕੀਤਾ ਵਿਰੋਧ, ਅਜਨਾਲਾ ਘਟਨਾ ਸਮੇਂ ਅਜਨਾਲਾ 'ਚ ਨਾ ਹੋਣ ਦਾ ਦਾਅਵਾ ਕਰ ਲਗਾਏ NSA ਦੇ ਚੁੱਕੇ ਸਵਾਲ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਮੰਗਿਆ ਜਵਾਬ। ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਡਿਊਟੀ ਮੈਜਿਸਟਰੇਟ ਅੱਗੇ ਕੀਤਾ ਪੇਸ਼, ਨਿਆਇਕ ਹਿਰਾਸਤ ਵਿੱਚ ਭੇਜਿਆ, ਫਿਲਹਾਲ ਨਾਭਾ ਦੀ ਨਵੀਂ ਜੇਲ੍ਹ 'ਚ ਰਹੇਗਾ ਬੰਦ। ਹਿੰਦੂ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਖੰਨਾ ਦੇ ਸ਼ਿਵਪੁਰੀ ਮੰਦਰ ਦੇ ਮਸਲੇ ਨੂੰ ਸੁਲਝਾਉਣ 'ਤੇ ਧੰਨਵਾਦ ਕਰ ਕੀਤਾ ਸਨਮਾਨਿਤ। ਸ਼੍ਰੋਮਣੀ ਅਕਾਲੀ ਦਲ ਨੇ ਜਿਮਣੀ ਚੋਣਾਂ ਦੀ ਖਿੱਚੀ ਤਿਆਰੀ, ਪਾਰਲੀਮੈਂਟ ਬੋਰਡ ਚੋਣਾਂ ਵਾਲੇ ਹਲਕਿਆਂ ਦਾ ਕਰੇਗਾ ਦੌਰਾ। ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੁੱਖ ਮੰਤਰੀ ਵੱਲੋਂ ਰੱਖੇ ਨੀਂਹ ਪੱਥਰ ਨੂੰ ਤੋੜਿਆ, ਬੁੱਢੇ ਨਾਲੇ ਦੀ ਸਫਾਈ ਲਈ ਰੱਖਿਆ ਸੀ ਨੀਂਹ ਪੱਥਰ, ਅਧਿਕਾਰੀਆਂ ਦੇ ਕੰਮ ਨਾ ਕਰਨ ਦੇ ਲਾਏ ਦੋਸ਼। ਰਾਜਸਥਾਨ ਦੇ ਸਿੱਖ ਆਗੂ ਤਜਿੰਦਰਪਾਲ ਸਿੰਘ ਟਿੰਮਾ ਨੂੰ ਮਿਲੀ ਜ਼ਮਾਨਤ, ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਬਿਆਨ ਦੇਣ ਕਾਰਨ ਦੇਸ਼ ਧਰੋਹ ਦਾ ਕੇਸ ਹੋਇਆ ਸੀ ਦਰਜ। ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਗ੍ਰਿਫਤਾਰੀ ਵਿਰੁੱਧ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਮੁਲਤਵੀ, ਹੁਣ 5 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਲੱਗਾ ਵੱਡਾ ਝਟਕਾ, 5 ਸਤੰਬਰ ਤੱਕ ਵਧਿਆ ਰਿਮਾਂਡ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ 5 ਸਤੰਬਰ ਨੂੰ ਹੋਣਗੀਆਂ ਵਿਦਿਆਰਥੀ ਚੋਣਾਂ, ਉਸ ਦਿਨ ਆਉਣਗੇ ਨਤੀਜੇ, 29 ਅਗਸਤ ਨੂੰ ਕਾਗਜ਼ ਹੋਣਗੇ ਦਾਖਲ ਅਤੇ 30 ਅਗਸਤ ਨੂੰ ਕਾਗਜ਼ਾਂ ਦੀ ਹੋਵੇਗੀ ਪੜਤਾਲ। ਭਾਰਤ ਸਰਕਾਰ ਨੇ ਖਾਂਸੀ ਜ਼ੁਕਾਮ ਅਤੇ ਬੁਖਾਰ ਦੀਆਂ 156 ਦਵਾਈਆਂ 'ਤੇ ਲਗਾਇਆ ਬੈਨ, ਸਿਹਤ ਲਈ ਖਤਰਨਾਕ ਦੱਸ ਕੇ ਪੈਨਲ ਬਣਾ ਕੇ ਜਾਂਚ ਕਰਨ ਦੇ ਦਿੱਤੇ ਆਦੇਸ਼। ਸ਼੍ਰੀ ਮੁਕਤਸਰ ਸਾਹਿਬ 'ਚ ਸਿਹਤ ਵਿਭਾਗ ਨੇ ਭਰੇ ਸੀ ਪਾਣੀ ਦੇ ਸੈਂਪਲ, 73% ਸੈਂਪਲ ਹੋਏ ਫੇਲ, ਵਿਭਾਗ ਵੱਲੋਂ ਪਾਣੀ ਫਿਲਟਰ ਕਰਕੇ ਪੀਣ ਦੀ ਹਦਾਇਤ। ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਕਰਵਾਇਆ ਸੀ ਦਾਖਲ, ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਗਜ਼ਰੀ ਸੈਲੂਨਾਂ ਨੂੰ ਭੇਜਿਆ ਨੋਟਿਸ, ਰਹਿੰਦ ਖੂੰਹਦ ਲਈ ਟ੍ਰੀਟਮੈਂਟ ਪਲਾਂਟ ਲਗਾਉਣ ਦਾ ਦਿੱਤਾ ਆਦੇਸ਼, ਹੁਕਮ ਦੀ ਪਾਲਣਾ ਨਾ ਕਰਨ ਦੇ ਬਿਜਲੀ ਪਾਣੀ ਕੱਟਣ ਦੀ ਦਿੱਤੀ ਚੇਤਾਵਨੀ। ਸੇਬੀ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਹੋਮ ਫਾਈਨਾਂਸ ਦੇ ਸਾਬਕਾ ਪ੍ਰਮੁੱਖ ਅਧਿਕਾਰੀਆਂ ਦੇ 24 ਹੋਰ ਇਕਾਈਆਂ 'ਤੇ 5 ਸਾਲ ਦੀ ਲਗਾਈ ਪਾਬੰਦੀ, 25 ਕਰੋੜ ਦਾ ਜੁਰਮਾਨਾ ਵੀ ਲਗਾਇਆ, ਧੋਖਾਧੜੀ ਦਾ ਲਗਾਇਆ ਹੈ ਦੋਸ਼। ਜੋਮੈਟੋ ਨੇ ਇੰਟਰਸਿਟੀ ਸਰਵਿਸ ਕੀਤੀ ਬੰਦ, ਮਾਰਕੀਟ 'ਚ ਸਫਲਤਾ ਨਾ ਮਿਲਣ ਕਾਰਨ ਬੰਦ ਕਰਨ ਦਾ ਲਿਆ ਫੈਸਲਾ। ਨੀਰਜ ਚੋਪੜਾ ਨੇ ਇੱਕ ਹੋਰ ਰਿਕਾਰਡ ਕੀਤਾ ਕਾਇਮ, ਸਵਿਟਜ਼ਰਲੈਂਡ 'ਚ ਹੋਈ ਡਾਇਮੰਡ ਲੀਗ 'ਚ ਦੂਸਰਾ ਸਥਾਨ ਕੀਤਾ ਹਾਸਲ। ਲੁਧਿਆਣਾ 'ਚ NRI ਦੇ ਘਰ 'ਤੇ ਚਲਾਈਆਂ ਗੋਲੀਆਂ, ਸਰਾਭਾ ਨਗਰ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ। ਪੰਜਾਬੀ ਗਾਇਕ ਜਸਵਿੰਦਰ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ, ਸੋਸ਼ਲ ਮੀਡੀਆ 'ਤੇ ਲਾਈਵ ਧੋਖਾਧੜੀ ਦਾ ਦਰਦ ਕੀਤਾ ਬਿਆਨ, ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਲਾਇਆ ਇਲਜ਼ਾਮ। ਨੇਪਾਲ ਵਿੱਚ ਉੱਤਰ ਪ੍ਰਦੇਸ਼ ਦੀ ਪਲਟੀ ਇੱਕ ਬੱਸ, 14 ਦੀ ਹੋਈ ਮੌਤ ਅਤੇ 16 ਹੋਏ ਜ਼ਖਮੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਯੂਕਰੇਨ, ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕਰ ਯੂਕਰੇਨ ਦੇ ਕੌਮੀ ਅਜਾਇਬ ਘਰ ਦਾ ਕੀਤਾ ਦੌਰਾ। ਕੋਲਕਾਤਾ ਘਟਨਾ 'ਚ CBI ਨੇ ਜਾਂਚ ਕੀਤੀ ਤੇਜ਼, ਮੁਲਜ਼ਮ ਸੰਜੇ ਰਾਏ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਤੇ ਭੇਜਿਆ।
ਹਵਾਬਾਜ਼ੀ ਰੈਗੂਲੇਟਰੀ DGCA ਨੇ 90 ਲੱਖ ਦੇ 90 ਲੱਖ ਦਾ ਕੀਤਾ ਜੁਰਮਾਨਾ। ਨਾਕਾਬਿਲ ਚਾਲਕ ਦਲ ਦੇ ਮੈਂਬਰਾਂ ਨਾਲ ਉਡਾਣ ਚਲਾਉਣ 'ਤੇ ਕੀਤੀ ਕਾਰਵਾਈ। ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ। ਅਜੀਤ ਪਵਾਰ ਸਮੇਤ 26 ਲੀਡਰ ਦੇ ਨਾਂ ਸੂਚੀ ਵਿੱਚ ਹਨ ਸ਼ਾਮਲ। ਤਾਲਿਬਾਨ ਨੇ ਔਰਤਾਂ ਦੇ ਬੋਲਣ 'ਤੇ ਜਨਤਕ ਤੌਰ 'ਤੇ ਲਗਾਈ ਪਾਬੰਦੀ। ਔਰਤਾਂ ਲਈ ਮੂੰਹ ਢੱਕਣਾ ਵੀ ਕੀਤਾ ਜ਼ਰੂਰੀ। ਸੁਨੀਤਾ ਵਿਲੀਅਮ ਸਮੇਤ 2 ਪੁਲਾੜ ਯਾਤਰੀ ਦੀ ਵਾਪਸੀ ਲਈ ਨਾਸਾ ਅੱਜ ਕਰੇਗੀ ਮੀਟਿੰਗ। ਜੂਨ ਤੋਂ ਧਰਤੀ 'ਤੇ ਵਾਪਸ ਆਉਣ ਦੀ ਦੋਵੇਂ ਕਾਰਿਆਂ ਉਡੀਕ। ਕਮਲਾ ਹੈਰਿਸ ਨੇ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਨੂੰ ਰਸਮੀ ਤੌਰ 'ਤੇ ਕੀਤਾ ਸਵੀਕਾਰ। ਡੋਨਾਲਡ ਟਰੰਪ ਨਾਲ ਹੋਵੇਗਾ ਉਹਨਾਂ ਦਾ ਮੁਕਾਬਲਾ। ਅੱਜ ਦੀਆਂ ਹੈਡਲਾਈਨਸ ਬਸ ਇੰਨਾ ਹੀ। ਮੈਨੂੰ ਦੀ ਆਗਿਆ, ਧੰਨਵਾਦ।